ਜੋ ਸਕੂਨ ਹਮੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਪਹੁੰਚ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨੇ ਸੇ ਪ੍ਰਾਪਤ ਹੁਆ, ਵੋ ਸਕੂਨ ਹਮੇ ਕਭੀ ਪ੍ਰਾਪਤ ਨਹੀਂ ਹੁਆ। ਇਹ ਕਹਿਣਾ ਸੀ ਨਾਸਿਕ ਮਹਾਰਾਸ਼ਟਰ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ 105 ਯਾਤਰੀਆਂ ਦਾ। ਵਾਪਸੀ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ 'ਤੇ ਸੁਖ ਪ੍ਰਸਾਰ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਵੱਲੋਂ ਜਿੱਥੇ ਇਹਨਾਂ ਯਾਤਰੀਆਂ ਦਾ ਅਵਤਾਰ ਸਿੰਘ ਬਿੱਟਾ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਟਰੱਸਟ ਦੇ ਮੈਂਬਰਾਂ ਵੱਲੋਂ ਇਹਨਾਂ ਯਾਤਰੀਆਂ ਲਈ ਭੋਜਨ ਆਦਿ ਦੀ ਸੇਵਾ ਵੀ ਨਿਭਾਈ ਗਈ। ਇਸ ਮੌਕੇ ਅਵਤਾਰ ਸਿੰਘ ਬਿੱਟਾ ਨੇ ਕਿਹਾ ਕਿ ਇਹ 105 ਯਾਤਰੀ ਭਾਈ ਪ੍ਰਕਾਸ਼ ਸਿੰਘ ਦੀ ਦੇਖ ਰੇਖ ਹੇਠ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਨਾਸਿਕ ਜਾ ਰਹੇ ਹਨ। ਇਸ ਸਮੇਂ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਸੁਖ ਪ੍ਰਸਾਰ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਵੱਲੋਂ ਲੰਗਰਾਂ ਦੀ ਸੇਵਾ ਨਿਭਾਈ ਗਈ ਹੈ। ਇਹ ਭਾਈ ਪ੍ਰਕਾਸ਼ ਸਿੰਘ ਜੀ ਹੈਗੇ ਨੇ ਜੀ ਨਾਸਿਕ ਤੋਂ, ਉਹਨਾਂ ਦਾ ਇੱਕ ਜੱਥਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਹੋਇਆ। ਉਹ ਹੁਣ ਵਾਪਸੀ ਇੱਥੋਂ ਦਾਦਰ ਐਕਸਪ੍ਰੈਸ ਤੋਂ ਨਾਸਿਕ ਜਾ ਰਹੇ ਨੇ, ਅਤੇ ਅਸੀਂ ਵੀ ਉਹਨਾਂ ਦੀ ਸੇਵਾ ਦੇ ਲਈ ਸਾਰੀ ਸੰਗਤ ਇਕੱਠੇ ਹੋ ਕੇ ਸੁਖ ਪ੍ਰਸਾਰ ਚੈਰੀਟੇਬਲ ਟਰੱਸਟ ਵੱਲੋਂ ਅਸੀਂ ਲੰਗਰ ਲੈ ਕੇ ਹਾਜ਼ਰ ਹੋਏ ਹਾਂ ਵੀ ਅਸੀਂ ਵੀ ਉਹਨਾਂ ਸੰਗਤ ਦੀ ਸੇਵਾ ਕਰ ਸਕੀਏ ਜੋ ਗੁਰੂ ਘਰ ਦੀ ਦਰਸ਼ਨਾਂ ਦੇ ਦਾਰੇ ਲਈ ਇੱਥੇ ਐਡੀ ਦੂਰ ਤੋਂ ਇੱਥੇ ਆਏ ਹਨ। ਹਮ ਸਭ ਨਾਸਿਕ ਸੇ ਦੇਵਲਾਲੀ ਕੇ ਸਿੰਧੀ ਪੰਚਾਇਤ ਸੇ ਆਏ ਹੋਏ ਸਦੱਸਯ ਹੈ ਔਰ ਹਮਨੇ 105 ਬਜ਼ੁਰਗ ਨਾਗਰਿਕੋ ਕੋ ਹਰਿਦੁਆਰ ਔਰ ਅੰਮ੍ਰਿਤਸਰ ਕਾ ਦਰਸ਼ਨ ਕਰਵਾਇਆ ਔਰ ਅਭੀ ਹਮ ਲੁਧਿਆਣਾ ਕੇ ਅੰਦਰ ਸੁਖ ਪ੍ਰਸਾਦ ਚੈਰੀਟੇਬਲ ਟਰੱਸਟ ਇਨਕੇ ਤਰਫ ਸੇ ਪ੍ਰਸਾਦ ਆਇਆ ਹੈ, ਉਹ ਅਭੀ ਪ੍ਰਸਾਦ ਚਖੇਂਗੇ ਔਰ ਹਮ ਬਹੁਤ ਹੀ ਇਸ ਸਫ਼ਰ ਕੇ ਅੰਦਰ ਸਭੀ ਬਜ਼ੁਰਗੋ ਕੋ ਮਜ਼ਾ ਆਇਆ ਔਰ ਹਮ ਆਪ ਸਭ ਕੇ ਪੂਰੇ ਪੰਜਾਬ ਕੇ ਆਭਾਰੀ ਹੈ ਔਰ ਹਮ ਆਸ਼ਾ ਕਰਤੇ ਹੈ ਕਿ ਆਪ ਨਾਸਿਕ ਆਈਏ ਔਰ ਹਮੇ ਵੀ ਇਸ ਸੇਵਾ ਕਾ ਮੌਕਾ ਦੀਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸੁਖ ਪ੍ਰਸਾਰ ਚੈਰੀਟੇਬਲ ਟਰੱਸਟ ਵੱਲੋਂ ਸੇਵਾ ਕੀਤੀ ਜਾ ਰਹੀ ਆ। ਜਿਹੜੀ ਸੰਗਤ ਦਰਬਾਰ ਸਾਹਿਬ ਤੋਂ ਨਾਸਿਕ ਜਾ ਰਹੀ ਆ ਉਹਨਾਂ ਦੀ ਫ੍ਰੀ ਸੇਵਾ ਕਰ ਰਹੇ ਹਾਂ। ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਹੀ ਸੇਵਾ ਦਾ ਮੌਕਾ ਬਖਸ਼ਦਾ ਰਹੇ, ਅਸੀਂ ਗਾਹ ਵੀ ਸੇਵਾ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।